ਸਤਿ ਸ੍ਰੀ ਅਕਾਲ ਮੈਂ ਤੁਹਾਡੇ ਨਾਲ ਮੇਰੇ ਨਾਲ ਸਿਆਸੀ ਬਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਅੱਜ ਮੁਜ਼ੱਫਰਨਗਰ ਦੇ ਵਿੱਚ ਕਿਸਾਨਾਂ ਦੀ ਇੱਕ ਵੱਡੀ ਰੈਲੀ ਹੋਣ ਜਾ ਰਹੀ ਹੈ ਇਸ ਰੈਲੀ ਦਾ ਦੇਸ਼ ਦੀ ਸਿਆਸਤ ਤੇ ਕਿੱਦਾਂ ਦਾ ਅਸਰ ਪੈਣਾ ਹੈ ਯੂਪੀ ਦੀ ਸਿਆਸਤ ਤੇ ਕਿੱਦਾਂ ਦਾ ਅਸਰ ਪੈਣਾ ਉਸ ਉੱਤੇ ਚਰਚਾ ਕਰਨੀ ਲਾਜ਼ਮੀ ਹੈ ਕਿਉਂਕਿ ਯੂਪੀ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਤੇ ਕੇਂਦਰ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਪਿਛਲੇ ਕਈ ਮਹੀਨਿਆਂ ਤੋਂ ਜ਼ੋਰ ਲੱਗਿਆ ਹੋਇਆ ਹੈ ਕਿ ਕਿਸਾਨਾਂ ਦੇ ਅੰਦੋਲਨ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਦਬਾ ਦਿੱਤਾ ਜਾਵੇ ਜਾਂ ਕਿਸਾਨ ਆਪ ਪਾਸੇ ਹਟ ਜਾਣ ਹਰ ਹਰਬਾ ਹਰ ਤਰੀਕਾ ਹਰ ਹੀਲਾ ਵਰਤਿਆ ਗਿਆ ਯੋਗੀ ਸਾਹਿਬ ਦੇ ਯੂਪੀ ਦੇ ਵਿੱਚੋਂ ਇੱਕ ਪੋਸਟ ਪਿੱਛੇ ਜੇ ਇੱਕ ਕਾਰਟੂਨ ਜਿਹੜਾ ਇੱਕ ਵਾਇਰਲ ਹੋਇਆ ਸੀ ਜਿਹਦੇ ਵਿੱਚ ਇੱਕ ਕੇਸਾਂ ਤੋਂ ਫੜਿਆ ਹੋਇਆ ਦਿਖਾਇਆ ਗਿਆ ਸੀਗਾ ਕਿ ਜੇਕਰ ਯੂਪੀ ਵੱਲ ਮੂੰਹ ਕੀਤਾ ਤਾਂ ਇਹ ਹਾਲ ਹੋਵੇਗਾ ਪਰ ਹੁਣ ਕਿਸਾਨ ਜਿਹੜੇ ਨੇ ਉਹ ਪੂਰੀ ਤਾਂ ਕਮਰ ਕੱਸੇ ਕਰਕੇ ਯੂਪੀ ਦੇ ਵਿੱਚ ਅੱਜ ਗਰਜ ਰਹੇ ਨੇ ਉਸ ਉੱਤੇ ਅਸੀਂ ਗੱਲਬਾਤ ਕਰਾਂਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਤਿੰਦਰ ਜੀ ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ ਕਿੱਦਾਂ ਦੇਖਦੇ ਹੋ ਅੱਜ ਦੀ ਮੁਜ਼ੱਫਰਨਗਰ ਦੀ ਰੈਲੀ ਨੂੰ ਅਸਲੀਅਤ ਇਹ ਹੈ ਕਿ ਕੱਲ੍ਹ ਰਾਜਵਾਲ ਜੀ ਮਿਲੇ ਸੀਗੇ ਉਹ ਇੱਕ ਜਗ੍ਹਾ 'ਤੇ ਕਿਸੇ ਕਿਤਾਬ ਦਾ ਵਿਮੋਚਨ ਕਰਨ ਲਈ ਆਏ ਸੀ ਅਸੀਂ ਸਾਰਾ ਉੱਥੇ ਮਿੱਤਰ ਮੰਡਲੀ ਇਕੱਠੀ ਸੀਗੀ ਇਹੀ ਸਵਾਲ ਮੈਂ ਉਹਨਾਂ ਕੋਲੋਂ ਕੀਤਾ ਸੀਗਾ ਮੈਂ ਕਿਹਾ ਤੁਸੀਂ ਤੇ ਸੈਂਟਰ 'ਚ ਹਾਂ ਵੀ ਦੱਸੋ ਰੈਲੀ ਦੀ ਕੀ ਤਿਆਰੀ ਹੈ ਉਹਨਾਂ ਦੇ ਕਹਿਣ ਮੁਤਾਬਕ 1,00,000 ਬੰਦਾ ਤੇ ਉੱਤਰਾਖੰਡ ਤੋਂ ਮਾਰਚ ਕਰ ਰਿਹਾ ਮੁਜ਼ੱਫਰਨਗਰ ਵੱਲ ਨੂੰ ਜੇ ਬਹੁਤ ਜ਼ਿਆਦਾ ਨਹੀਂ ਤੇ ਘੱਟੋ ਘੱਟ 50,000 ਦੇ ਕਰੀਬ ਪੰਜਾਬ ਤੋਂ ਬੱਸਾਂ ਭਰ ਭਰ ਕੇ ਤੇ ਗੱਡੀਆਂ 'ਚ ਬੰਦੇ ਮੁਜ਼ੱਫਰਨਗਰ ਵੱਲ ਜਾ ਰਹੇ 2,000 ਬੰਦਾ ਆ ਕੇ ਪੱਛਮੀ ਬੰਗਾਲ ਤੋਂ ਉੱਥੇ ਬੈਠਾ 100 ਤੋਂ ਵੀ ਬੰਦੇ ਆ ਕੇ ਉੱਥੇ ਪਹੁੰਚ ਗਏ ਆ ਅੱਜ ਵੱਡੀ ਗਿਣਤੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਗੱਡੀਆਂ ਇੱਧਰੋਂ ਉੱਧਰੋਂ ਬੱਸਾਂ ਲਾਲਾ 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 ਹੋਈ ਪਈ ਹੈ ਸਾਰੇ ਪਾਸੇ ਸੜਕਾਂ ਭਰੀਆਂ ਪਈਆਂ ਤੇ ਇੱਥੇ ਤੁਹਾਨੂੰ ਅੱਖੀਂ ਡਿੱਠਾ ਹਾਲ ਹੈ ਤੇ ਅਗਲੀ ਇੰਟਰਵਿਊ 'ਚ ਦੱਸਾਂਗੇ ਅਸੀਂ ਪਰ ਇੱਕ ਗੱਲ ਬੜੀ ਸ਼ਾਮਿਲ ਆ ਕਿ ਬੜੀ ਸਾਫ਼ ਸਾਫ਼ ਹੋ ਗਈ ਹੈ ਬੜੀ ਡੰਕੇ ਦੀ ਚੋਟ ਦੇ ਨਾਲ ਬੜੀ ਭਾਰੀ ਰੈਲੀ ਇੱਕ ਡਿਸਾਈਸਿਵ ਰੈਲੀ ਹੋਣ ਜਾ ਰਹੀ ਹੈ ਅਗਲਾ ਸਵਾਲ ਮੈਂ ਰਾਜੇਵਾਲ ਜੀ ਨੂੰ ਵੀ ਪੁੱਛਿਆ ਸੀਗਾ ਕਿ ਉਹ ਤੁਹਾਡੇ ਵੀ ਸ਼ਾਇਦ ਮਨ ਵਿੱਚ ਹੋਵੇ ਅਤੇ ਸਾਡੇ ਸਰੋਤਿਆਂ ਦੇ ਵੀ ਕਿ ਕੀ ਪੱਛਮੀ ਬੰਗਾਲ ਵਾਂਗੂ ਅਸੀਂ ਚਿੱਤ ਕਰ ਦਿਆਂਗੇ ਇੱਥੇ ਯੋਗੀ ਦੀ ਬੀਨ ਖੋਹ ਕੇ ਕਿਸੇ ਹੋਰ ਨੂੰ ਫੜਾ ਦਿਆਂਗੇ ਅਤੇ ਤਾਂ ਕਿ ਜਿਹੜੇ ਇਹ ਸੱਪ ਪਾਲੀ ਬੈਠਾ ਉਹ ਕਿਤੇ ਇੱਧਰੇ ਪਟਾਰੀਆਂ 'ਚ ਹੀ ਰਹਿ ਜਾਣ ਉਹਨਾਂ ਦਾ ਇਹ ਕਹਿਣਾ ਸੀ ਕਿ ਕੰਮ ਕਾਫ਼ੀ ਚੁਣੌਤੀ ਵਾਲਾ ਹੋਊਗਾ ਜਿੱਥੋਂ ਤੱਕ ਤਾਂ ਪੱਛਮੀ ਯੂਪੀ ਦਾ ਕੰਮ ਆ ਉੱਥੇ ਤਾਂ ਧੜੱਲੇ ਨਾਲ ਕਿਸਾਨ ਜਿਹੜੇ ਆ ਉਹ ਅੱਗੇ ਵਧਣਗੇ ਪਰ ਜਿੱਥੋਂ ਸੈਂਟਰਲ ਅਤੇ ਈਸਟਰਨ ਯੂਪੀ ਦਾ ਜਿੱਥੋਂ ਤੱਕ ਰੌਲਾ ਰੱਪਾ ਹੈਗਾ ਉਸ ਪਾਸੇ ਨੂੰ ਸਾਨੂੰ ਆਉਣ ਵਾਲੇ 3-4 ਮਹੀਨਿਆਂ 'ਚ ਹੋਰ ਵੱਡੇ ਪੱਧਰ 'ਤੇ ਅੱਗੇ ਵਧਣਾ ਪਊਗਾ ਇਸ ਗੱਲ 'ਤੇ ਵੀ ਡਿਪੈਂਡ ਕਰਦਾ ਕਿ ਜਿਸ ਕੰਮ ਨੂੰ ਇਹ ਹੱਥ ਪਾ ਰਹੇ ਆ ਸਾਡੇ ਕਿਸਾਨ ਵੀਰ ਕਿ ਮੋਦੀ ਯੋਗੀ ਦੀ ਜੋੜੀ ਨੂੰ ਸੱਟ ਮਾਰਨੀ ਆ ਭਾਰੀ ਉਸ ਲਈ ਵਿਰੋਧੀ ਪਾਰਟੀਆਂ ਕਿੰਨੀਆਂ ਕੁ ਤੱਤਪਰ ਹੈਗੀਆਂ ਜਿਸ ਤਰ੍ਹਾਂ ਸਪਾ ਹੈਗੀ ਆ ਸਮਾਜਵਾਦੀ ਪਾਰਟੀ ਸਾਨੂੰ ਕੋਈ ਬਹੁਤੀ ਉਮੀਦ ਜਿਹੜੀ BSP ਤੋਂ ਤਾਂ ਨਹੀਂ ਲੱਗਦੀ ਬਸਪਾ ਤੋਂ ਕਿਉਂਕਿ ਜਿਸ ਢੰਗ ਨਾਲ ਉਹਨਾਂ ਦੇ ਸਾਰੀ ਪੋਲੀਟਿਕਸ ਜਿਸ ਮੋੜ 'ਤੇ ਆ ਕੇ ਖੜੀ ਹੋ ਗਈ ਹੈ ਉਹ ਕਿੱਧਰ ਨੂੰ ਖਿਸਕੂਗੀ ਕਿੱਧਰ ਨੂੰ ਚਲੇ ਜਾਊਗੀ ਬਹੁਤਾ ਉਹਦੇ ਬਾਰੇ ਅੰਦਾਜ਼ਾ ਲਾਉਣਾ ਮੁਸ਼ਕਿਲ ਹੁੰਦਾ ਪਰ ਜਿੱਥੋਂ ਤੱਕ ਸਪਾ ਦਾ ਸਵਾਲ ਹੈਗਾ ਉਹ ਘੱਟੋ ਘੱਟ ਇਹੋ ਜਿਹਾ ਤਾਂ ਨਹੀਂ ਲੱਗਦਾ ਕਿ ਉਹ ਅੰਦਰੇ ਖਾਤੇ ਕਿਤੇ BJP ਦੇ ਨਾਲ ਵੀ ਕੋਈ ਅੱਖ ਮਟੱਕਾ ਕਰ ਸਕਦੀ ਹੈ ਜੇ ਇਹ ਇੰਜ ਹੁੰਦਾ ਹੈ ਜੇ ਇੱਥੇ ਵੀ ਇੰਜ ਹੁੰਦਾ ਤਾਂ ਫਿਰ ਸਮਝ ਲਓ ਰਾਮ ਭਰੋਸੇ ਆ ਫਿਰ ਤੁਸੀਂ ਕੁਛ ਕਰ ਨਹੀਂ ਸਕਦੇ ਇਸ ਲਈ ਵਿਰੋਧੀ ਪਾਰਟੀਆਂ ਦੀ ਤਿਆਰੀ ਕਿੰਨੀ ਹੈ ਜੋ ਇੱਧਰੋਂ ਸ਼ਿਕਾਰ ਇਹ ਕੱਢਣਗੇ ਸ਼ਿਕਾਰ ਤਾਂ ਕੱਢਣਗੇ ਹੀ ਯਾਨੀ ਜਦੋਂ ਲਾਲਾ ਲਾਲਾ ਹੋਊਗੀ ਲੋਕਾਂ 'ਚ ਆਭਾਰ ਆਊ ਲੋਕਾਂ 'ਚ ਚਰਚਾ ਚੱਲੂਗੀ ਲੋਕਾਂ ਦੇ ਵਿੱਚ ਸੈਕਿੰਡ ਥਾਟ ਆਊਗਾ ਵੀ ਵਾਕਿਆ ਯੋਗੀ ਨੇ ਤਾਂ ਬੜਾ ਅੱਤਿਆਚਾਰ ਕੀਤਾ ਮਹਿੰਗਾਈ ਬੜੀ ਆ ਚਾਰੇ ਪਾਸੇ ਹਾਹਾਕਾਰ ਆ ਉਹ ਹਿੰਦੂ ਦੀ ਏਜੰਡੇ ਦੀ ਗੱਲ ਅੱਗੇ ਲੈ ਕੇ ਆਉਣਗੇ ਗਾਂ ਬੱਚੇ ਸਾਰੇ ਇਕੱਠੇ ਕਰਕੇ ਉਹਨਾਂ ਦਾ ਮੰਤਰ ਪੜ੍ਹ ਕੇ ਹਾਰ ਸ਼ਿੰਗਾਰ ਕੇ ਗਾਂ ਦੇ ਨੂੰ ਸੈਂਟਰ 'ਚ ਰੱਖ ਕੇ ਯਾਨੀ ਧਰਮ ਨੂੰ ਸੈਂਟਰ 'ਚ ਰੱਖ ਕੇ ਜਾਂ ਕੋਈ ਹੋਰ ਇਸ ਕਿਸਮ ਦੇ ਮੁੱਦੇ ਲੈ ਕੇ ਆਉਣਗੇ ਇਹਦੇ ਤੋਂ ਅਸੀਂ ਪ੍ਰਭਾਵ ਤੋਂ ਕਿੰਨਾ ਕੁ ਲੋਕਾਂ ਨੂੰ ਉਹਨਾਂ ਦੇ ਆਪਣਾ ਦਰਦ ਜਿਹੜਾ ਉਹਨਾਂ ਦੇ ਅੰਦਰ ਆਪਣਾ
जीवन परेशान हैगा, रोटी नहीं है, रुजगार नहीं है, सेहत नहीं है, बीमारियां है, कोई भविख नहीं नज़र आउंदा। हजारां दी गिनती च, लखां दी गिनती च लोग कोविड करके इस दुनिया तो सदा लई चले गए, उन्हां दा दफनाउण तक चार पैसे सीगे नहीं। जे गल्लां लोग याद रखदे आ ते कल्ला गऊ बछे दे उत्ते गल आके नहीं टिकदी, तां फिर ते कोई सवाल ही नहीं पैदा हुंदा कि योगी जी दोबारा आउण। पर ये लोग जिस ढंग नाल लोकां नूं बुद्धू बनाउंदे, इन्हां दी महारत ही इस गल च आ बेवकूफ बनाउण च, उहदे च किन्ना क इक पासे इन्हां दा बेवकूफ बनाउण दी स्कीम किन्नी क पुख्ता आ, दूजे पासे किसान हल्ला बोल जिहड़ी रैली उन्हां दी हैगी आ, उह किड्डे क वड्डे पद्धर ते मोबिलाइज करके इस नूं अगे नवीआं मंजलां ते पहुंचा सकदे आ, ते तीजा विरोधी पार्टियां इस सारे किस्म दा जिहड़ी मोबिलाइजेशन होगी, जिहड़े लोकां दे विच एक नवां विचार नवां उत्साह उठूगा, उहनूं कैश करन च किन्ने क उह समर्थ हैगे आ, ਇਹ ਸਾਰੀਆਂ ਗੱਲਾਂ ਤੈਅ ਕਰਨਗੀਆਂ ਕਿ ਇਹ ਜਿਹੜਾ ਮਹਾਜ ਵੱਡਾ ਜਾਣੀ ਵੱਡੀ ਮੁਹਿੰਮ ਕਹੂੰਗਾ, ਜਿਹੜੀ ਵੱਡੀ ਮੁਹਿੰਮ ਕਿਸਾਨਾਂ ਵੱਲੋਂ ਵਿੱਢੀ ਜਾ ਰਹੀ ਹੈ, ਮੈਂ ਤੇ ਮੁਹਿੰਮ ਨਾ ਕਹੋ ਇੱਕ ਮਹਾਂਭਾਰਤ ਦਾ ਮਹਾਂਯੁੱਧ ਛੇੜਨ ਵਾਲਾ ਅੱਜ, ਉਸ ਦੇ ਰਿਜ਼ਲਟ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਨਿਰਭਰ ਕਰਨਗੇ। ਹਾਂਜੀ ਸੁਖਵਿੰਦਰ ਜੀ, ਜੀ ਬਿਲਕੁਲ, ਪਰ ਇਹਦੇ ਵਿਚਾਲੇ ਜਿਹੜੇ ਪ੍ਰੋਫੈਸਰ ਸਾਹਿਬ ਨਤੀਜੇ ਸੀ ਵੋਟਰ ਦੇ ਹਮੇਸ਼ਾ ਚੋਣਾਂ ਤੋਂ ਪਹਿਲਾਂ ਸਾਹਮਣੇ ਆਉਂਦੇ ਨੇ, ਉਹਨਾਂ ਨੂੰ ਕਿੱਦਾਂ ਦੇਖਦੇ ਹੋ? ਹਾਲਾਂਕਿ ਲੋਕ ਕਹਿੰਦੇ ਕਿ ਪੱਛਮੀ ਬੰਗਾਲ ਤੋਂ ਪਹਿਲਾਂ ਵੀ ਕੱਢੀ ਬੈਠੇ ਸੀ, ਉਹਦਾ ਕੀ ਬਣਿਆ? ਇੱਧਰ 2017 ਦੇ ਵਿੱਚ ਵੀ ਕੱਢੀ ਬੈਠੇ ਸੀ, ਉਹਨਾਂ ਚੋਣਾਂ ਦੇ ਵਿੱਚ ਕੀ ਬਣਿਆ? ਪਰ ਬੀਜੇਪੀ ਤਾਂ ਬਾਗੋ ਬਾਗ ਹੈ ਕਿ ਸੀ ਵੋਟਰ ਦੇ ਨਤੀਜੇ ਸਾਡੇ ਵਿੱਚ ਭੁਗਤਦੇ ਨੇ। ਦੇਖੋ, ਸੀ ਵੋਟਰ ਜਾਂ ਇਹੋ ਜਿਹੇ ਕਈ ਵੋਟਰ ਹੈਗੇ, ਬੀ ਡੀ ਈ ਐਫ ਜਿਹੜੇ ਵੋਟਰ ਹੈਗੇ ਆ, ਇਹ ਸੀ ਵੋਟਰ ਹੀ ਹੈ ਵੋਟਰ ਨਹੀਂ ਹੈ, ਪੰਜਾਬੀ ਜੇ ਇਹਨੂੰ ਕਹੀਏ ਵੀ ਸੀ ਕਦੇ ਹੈ ਨਹੀਂ ਹੈ ਜਾਂ ਕੀ ਹੋਵੇਗਾ, ਹੋਵੇਗਾ ਵੋਟਰ ਨਹੀਂ ਹੈਗਾ, ਸੀ ਕਾਸਟ ਵਾਲੀ ਗੱਲ ਆ। ਇਹੋ ਜਿਹਾ ਸੀ ਵੋਟਰ ਤੁਹਾਨੂੰ ਯਾਦ ਹੈ 2017 ਦੇ ਵਿੱਚ ਕੇਜਰੀਵਾਲ ਨੂੰ 117 ਸੀਟਾਂ ਚੋਂ ਕਿੰਨੀਆਂ ਸੀਟਾਂ ਦਿੱਤੀਆਂ ਸੀ ਇਹਨਾਂ ਨੇ? 100 ਜਗ੍ਹਾ ਜਗ੍ਹਾ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੇ ਫਲੈਕਸਾਂ ਲਾ ਤੀਆਂ, ਲਓ ਜੀ ਸੀ ਵੋਟਰ ਦੇ ਰਿਜ਼ਲਟ ਆ ਗਏ ਵੀ ਅਸੀਂ। ਵੈਸੇ ਇਹਨਾਂ ਦੀ ਚੜ੍ਹਾਈ ਵੀ ਸੀ, ਐਸੀ ਗੱਲ ਨਹੀਂ, ਉਦੋਂ ਕਾਫੀ ਲੋਕਾਂ ਦਾ ਭਰੋਸਾ ਸੀ, ਇੰਨਾ ਭਰੋਸਾ ਨਹੀਂ ਸੀ ਟੁੱਟਿਆ ਜਿੰਨਾ ਐਤਕੀ ਟੁੱਟਿਆ ਹੋਇਆ। ਪਰ ਫਿਰ ਇਹ ਘੱਟ ਕੇ ਆ ਗਏ ਕਿ ਨਹੀਂ 80 ਤੇ ਲੈ ਹੀ ਜਾਵਾਂਗੇ, ਫਿਰ ਕਹਿੰਦੇ ਲਓ ਜੀ ਜੇ ਬਿਲਕੁਲ ਹੀ ਕੁਛ ਨਹੀਂ ਤੇ ਸਰਕਾਰ ਤੇ ਅਸੀਂ ਆਪਣੀ ਬਣਾ ਹੀ ਲੈਣੀ ਆ, ਤੇ ਨਿਕਲਿਆ ਕੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ, 2 ਸੀਟਾਂ ਬੈਂਸ ਬ੍ਰਦਰ ਤੇ 20 ਇਹਨਾਂ ਨੂੰ ਮਿਲੀਆਂ, ਬਾਕੀ 20 ਆਈਆਂ ਜਦੋਂ ਤੇ ਉਹ ਖਿੰਡਰ ਪੁੰਡਰ ਗਈਆਂ ਸਾਰੀਆਂ, ਕੋਈ ਕਿੱਧਰ ਤੁਰੇ ਫਿਰਦਾ, ਕੋਈ ਕਿੱਧਰ ਤੁਰਿਆ ਫਿਰਦਾ। ਇਸ ਕਰਕੇ ਸੀ ਵੋਟਰ ਦੇ ਅੰਦਾਜ਼ੇ ਜਿਹੜੇ ਤੁਸੀਂ ਸਾਡੇ ਸਾਹਮਣੇ ਰੱਖੇ ਆ, ਮੈਨੂੰ ਇਹ ਲੱਗਦਾ ਇਹਨਾਂ ਦਾ ਵੀ ਕੰਮ ਉਹੋ ਜਿਹਾ ਹੋ ਗਿਆ ਜਿਵੇਂ ਜਿਹੜਾ ਈਵੈਂਟ ਮੈਨੇਜਮੈਂਟ, ਇਲੈਕਸ਼ਨ ਨੂੰ ਈਵੈਂਟ ਮੈਨੇਜਮੈਂਟ ਬਣਾ ਦਿੱਤਾ, ਉਹਦੇ ਵਿੱਚ ਆ ਗਏ ਪ੍ਰਸ਼ਾਂਤ ਕਿਸ਼ੋਰ ਅਤੇ ਉਹਨਾਂ ਵਰਗੀਆਂ ਕੰਪਨੀਆਂ ਆ ਗਈਆਂ, ਹੋਰ ਛੋਟੀਆਂ ਛੋਟੀਆਂ ਕੰਪਨੀਆਂ ਆ ਗਈਆਂ ਇਲੈਕਸ਼ਨ ਜਿਤਾਉਣ ਵਾਲੀਆਂ, ਪੈਸਾ ਫੈਂਕੋ ਤਮਾਸ਼ਾ ਦੇਖੋ ਵਾਲੀਆਂ। ਇਹ ਬੰਦੇ ਵੀ ਇਸੇ ਤਰੀਕੇ ਨਾਲ ਆ ਵੀ ਲਿਖਵਾ ਸਾਡੇ ਕੋਲ ਜਿਹੋ ਜਿਹੇ ਮਰਜ਼ੀ ਰਿਜ਼ਲਟ ਕਢਵਾ ਲਓ, ਜਿਹੋ ਜਿਹੇ ਰਿਜ਼ਲਟ ਚਾਹੋਗੇ ਉਹੋ ਜਿਹੇ ਪੈਸੇ ਦੇ ਦਿਓ ਭਾਈ, ਅਸੀਂ ਉੱਪਰ ਥੱਲੇ, ਮੈਂ ਰਿਸਰਚ ਦੇ ਵਿੱਚ ਰਿਹਾ ਸਾਰੀ ਉਮਰ, ਮੈਨੂੰ ਪਤਾ ਕਿ ਸਰਵੇ ਕੀ ਹੁੰਦੇ ਆ ਅਤੇ ਕਿਵੇਂ ਡਾਟਾ ਮੈਨੀਪੁਲੇਟ ਹੁੰਦਾ, ਕਿਵੇਂ ਕੰਪਿਊਟਰਾਂ 'ਚ ਤੁਸੀਂ ਕੰਪਿਊਟਰਾਂ 'ਚ ਫੀਡ ਕਰਕੇ ਆਰਟੀਫਿਸ਼ਲ ਰਿਜ਼ਲਟ ਕੱਢਦੇ ਹਾਂ। ਇਹ ਬਹੁਤ ਵੱਡਾ ਇਹ ਫਰੋਡ ਵੀ ਕਈ ਵਾਰੀ ਸਾਬਤ ਹੁੰਦੀਆਂ ਚੀਜ਼ਾਂ, ਪਰ ਇਹ ਹੈ ਕਿ ਦੇਖੋ ਜੇ ਕੋਈ ਵਾਰ ਵਾਰ ਸੀ ਵੋਟਰ ਇੰਝ ਹੀ ਕਰੂਗਾ ਤਾਂ ਫਿਰ ਉਹ ਸੀ ਹੀ ਰਹਿ ਜੂਗਾ, ਹੈ ਨਹੀਂ ਹੋਊਗਾ ਕਦੇ ਵੀ, ਕਿਉਂਕਿ ਫਿਰ ਲੋਕ ਕਹਿਣਗੇ ਯਾਰ ਜਿਸ ਤਰ੍ਹਾਂ ਹੁਣ ਮੈਂ ਕਹਿ ਰਿਹਾ ਕੇਜਰੀਵਾਲ ਵੇਲੇ ਵੀ ਇਹਨਾਂ ਨੇ 100 ਕਿਹਾ ਸੀ, ਜਿੱਤੇ ਤਾਂ ਹੈ ਨਹੀਂ, 20 ਆਈਆਂ ਸੀ, ਇਹੀ ਫਿਰ ਯੋਗੀ ਬਾਰੇ ਵੀ ਲੋਕ ਕਹਿਣਾ ਸ਼ੁਰੂ ਕਰ ਦੇਣਗੇ। ਦੇਖੋ ਜੀ ਜੇ ਵਾਰ ਵਾਰ ਰਿਜ਼ਲਟ ਨਹੀਂ ਆਉਂਦੇ ਉਹਨਾਂ ਦੇ ਕਹਿਣ ਮੁਤਾਬਕ, ਹਾਲਾਂ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦਿਆਂ, ਐਗਜ਼ਿਟ ਪੋਲ ਵੀ ਆਉਂਦੇ ਆ, ਇਹ ਪਹਿਲਾਂ ਇਹੋ ਜਿਹੇ ਐਸਟੀਮੇਟ ਵੀ ਆਉਂਦੇ ਆ ਐਗਜ਼ਿਟ ਪੋਲ ਤੋਂ ਪਹਿਲਾਂ, ਇਹ ਸਾਰੇ ਦਾ ਸਾਰਾ ਹੈਗਾ ਇਹ ਵੱਡਾ ਡਰਾਮਾ ਅਤੇ ਵੱਡਾ ਇੱਕ ਕਿਸਮ ਦਾ ਬਿਜ਼ਨਸ ਹੈ ਮੀਡੀਆ ਦੇ ਵਿੱਚ ਰੌਲਾ ਰੱਪਾ ਪਾ ਕੇ ਲੋਕਾਂ ਦੀ ਓਪੀਨੀਅਨ ਸਵੇ ਕਰਨ ਵਾਲਾ। ਸਿਆਣੇ ਹੋ ਗਏ ਆ ਲੋਕ ਸੁਖਵਿੰਦਰ, ਪਹਿਲਾਂ ਨਾਲੋਂ ਬਹੁਤ ਜ਼ਿਆਦਾ, ਉਹ ਇਹਨਾਂ ਗੱਲਾਂ 'ਤੇ ਟੀਵੀਆਂ ਦੀਆਂ ਬਹੁਤੀਆਂ ਖਬਰਾਂ 'ਤੇ ਕੋਈ ਬਹੁਤਾ ਭਰੋਸਾ ਲੋਕ ਹੁਣ ਨਹੀਂ ਕਰਦੇ, ਉਹਦੇ ਨਾਲੋਂ ਜ਼ਿਆਦਾ ਉਹ ਆਪਣੇ ਕਿਸਾਨਾਂ ਦੇ ਲੀਡਰਾਂ 'ਤੇ ਭਰੋਸਾ ਕਰਨਗੇ ਜਿਹੜੀਆਂ ਵੀ ਸਟੇਟਮੈਂਟਾਂ ਉਹਨਾਂ ਵੱਲੋਂ ਆਉਣਗੀਆਂ। ਹਾਂਜੀ ਸੁਖਵਿੰਦਰ ਜੀ, ਜੀ ਬਿਲਕੁਲ ਪ੍ਰੋਫੈਸਰ, ਜਿਵੇਂ ਕਿਸਾਨ ਆਗੂ ਕਹਿ ਰਹੇ ਨੇ ਕਿ ਮੁਜ਼ੱਫਰਨਗਰ ਦੀ ਇਸ ਰੈਲੀ ਤੋਂ ਬਾਅਦ ਯੂਪੀ ਦੇ ਵਿੱਚ ਇੱਕ ਪੱਕੇ ਝੰਡੇ ਜਿਹੜੇ ਉਹ ਪੱਕੇ ਗੱਡ ਦਿੱਤੇ ਜਾਣਗੇ,
ਜਿਵੇਂ ਗਾਜ਼ੀਪੁਰ ਬਾਰਡਰ ਤੇ ਕਿਸਾਨ ਬੈਠੇ ਨੇ, ਇੱਦਾਂ ਯੂਪੀ ਦੇ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਦੱਸਿਆ ਜਾਊਗਾ ਕਿ ਯੂਪੀ ਦੇ ਵਿੱਚ ਉਹ ਪ੍ਰਭਾਵ ਹੁਣ ਤੱਕ 9 ਮਹੀਨਿਆਂ ਦੇ ਕਿਸਾਨ ਅੰਦੋਲਨ ਦਾ ਨਹੀਂ ਪਹੁੰਚਿਆ ਕਿ ਜ਼ਮੀਨੀ ਲੈਵਲ ਦੇ ਉੱਤੇ, ਮਤਲਬ ਲਾ ਲਈਏ ਕਿ ਜਿੱਥੇ ਤੱਕ ਆਵਾਜ਼ ਜਿਹੜੀ ਹੈ ਪਹੁੰਚਣੀ ਚਾਹੀਦੀ ਸੀ ਉਹ ਨਹੀਂ ਪਹੁੰਚੀ ਯੂਪੀ ਦੇ ਵਿੱਚ, ਜਾਂ ਪਹੁੰਚਣ ਨਹੀਂ ਦਿੱਤੀ ਸਰਕਾਰਾਂ ਨੇ? ਨਹੀਂ, ਇਸ ਤਰ੍ਹਾਂ ਨਹੀਂ ਹੈਗਾ। ਜਦੋਂ ਹਵਾ ਚੱਲਦੀ ਹੈ ਤੇ ਚੂਹੇ ਦੇ ਰੋਡ 'ਚ ਵੀ ਲੱਗਦੀ ਹੈ ਸੁਖਵਿੰਦਰ, ਇਸ ਤਰ੍ਹਾਂ ਨਹੀਂ ਹੈਗਾ। ਉਹ ਹੋ ਸਕਦਾ ਕਿ ਜਿਹੜਾ ਮੇਨ ਸਟ੍ਰੀਮ ਮੀਡੀਆ ਜਿਹੜਾ ਖਰੀਦਿਆ ਹੋਇਆ ਮੋਦੀ ਦਾ, ਤੇ ਉਹੋ ਜਿਹੀ ਆਵਾਜ਼ ਉਹਨਾਂ ਦੀ ਉਸ ਪੱਧਰ 'ਤੇ ਨਾ ਚੁੱਕੇ ਜੋ ਧਰਾਤਲ 'ਤੇ ਮੂਵਮੈਂਟ ਹੈਗੀ। ਇੱਕ ਗੱਲ ਤਾਂ ਬੜੀ ਸਾਫ਼ ਆ ਕਿ ਚੌਧਰੀ ਚਰਨ ਸਿੰਘ ਵਾਲੀ ਅਤੇ ਹਰਿਆਣੇ ਵਾਲੀ ਖਾਬ ਪੰਚਾਇਤਾਂ ਵਾਲੀ ਜਾਟ ਬੈਲਟਾਂ ਜਿਹੜੀਆਂ ਹੈਗੀਆਂ ਉਹਦੇ 'ਚ ਪ੍ਰਭਾਵ ਇਸ ਮੂਵਮੈਂਟ ਦਾ ਬਹੁਤ ਆ। ਦੂਸਰਾ, ਜਿੱਥੇ ਜਿੱਥੇ ਪੰਜਾਬੀ 14 ਜ਼ਿਲ੍ਹਿਆਂ 'ਚ, ਭਾਵੇਂ ਉਹ ਉੱਤਰਾਖੰਡ 'ਚ ਹੈਗੇ ਆ, ਭਾਵੇਂ ਉਹ ਯੂਪੀ ਦੇ ਪੀਲੀਭੀਤ, ਲਖੀਮਪੁਰੀ, ਹੋਰ ਵੜੈਚ ਵਗੈਰਾ ਜਿਹੜੇ ਵੀ ਜਗ੍ਹਾ ਹੈਗੀਆਂ ਸਾਰੀਆਂ ਉੱਥੇ ਬੈਠੇ ਆ, ਇਹ ਸਾਰੇ 14 ਜ਼ਿਲ੍ਹਿਆਂ ਦੀ ਬੈਲਟ ਵਿੱਚ ਪੰਜਾਬੀ ਵੱਡੇ ਪੱਧਰ 'ਤੇ ਮੋਬਿਲਾਈਜ਼ ਹੈਗੇ। ਜਾਟ ਜਿਹੜੇ ਭਾਵੇਂ ਹਰਿਆਣੇ ਦੇ, ਯੂਪੀ ਦੇ, ਪੱਛਮੀ ਯੂਪੀ ਦੇ, ਉਹ ਵੀ ਮੋਬਿਲਾਈਜ਼ ਹੈਗੇ। ਇਹਦੋਂ ਅੱਗੇ ਦਾ ਇਹੀ ਹੈਗਾ ਕਿ ਜਿਹੜੇ ਯਾਦਵ ਈਸਟਰਨ ਅਤੇ ਸੈਂਟਰਲ ਯੂਪੀ ਦੇ ਵਿੱਚ ਜ਼ਿਆਦਾ ਹੈ, ਉਹਨਾਂ 'ਤੇ ਇਸ ਮੂਵਮੈਂਟ ਨੂੰ ਕਿੰਨਾ ਵੱਡੇ ਪੱਧਰ 'ਤੇ ਪਹੁੰਚਾ ਪਾਉਂਦੇ ਆ। ਔਰ ਜਿਹੜੀ ਮੁਸਲਿਮ ਵੋਟ ਆ ਉਹਨਾਂ ਦਾ ਵੀ ਬੜਾ ਵੱਡਾ ਨੰਬਰ ਆ, ਉਹਨਾਂ ਨੂੰ ਅਸੀਂ ਕਿਵੇਂ ਇੱਕ ਬਿਨਾਂ ਕਿਸੇ ਕਿਸਮ ਦੇ ਸਪਲਿਟ ਹੋਣ ਤੋਂ, ਉੱਥੇ ਵੀ ਤਾਂ ਕਈ ਬੰਦੇ ਰੱਖੇ ਹੋਏ ਆ ਬੀਜੇਪੀ ਨੇ, ਕਦੀ ਕਿਸੇ ਨੂੰ ਖੜਾ ਕਰਦੇ ਆ। ਪੱਛਮੀ ਬੰਗਾਲ 'ਚ ਵੀ ਕੋਈ ਅਵੈਸੀ ਨੂੰ ਖੜਾ ਕਰਕੇ ਵੋਟਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਸੀ, ਇੱਥੇ ਵੀ ਇਹੋ ਜਿਹੀ ਕੋਸ਼ਿਸ਼ ਹੋ ਸਕਦੀ ਆ। ਉਹਦੇ ਤੋਂ ਜੇ ਅਸੀਂ ਧਿਆਨ ਰੱਖਦੇ ਹੋਏ ਚੁਸਤੀ ਨਾਲ, ਜੇ ਕਿਸਾਨ ਵੀਰ ਜਾਂ ਸਾਡੇ ਵੋਟਰ ਕਹਿ ਲਓ ਕਿ ਉਹ ਉਹਨਾਂ ਤੋਂ ਬਚ ਕੇ ਨਿਕਲ ਜਾਂਦੇ ਆ ਅਤੇ ਆਪਣੀ ਵੋਟ ਦੀ ਅਸਲੀ ਜਗ੍ਹਾ ਜਿੱਥੇ ਸਹੀ ਸਹੀ ਇਸਤੇਮਾਲ ਹੋਣਾ ਚਾਹੀਦਾ ਉੱਥੇ ਕਰਦੇ ਆ, ਜਿਹੜੀ ਵਿਨਿੰਗ ਅਪੋਜੀਸ਼ਨ ਪਾਰਟੀ ਕਹਿ ਲਓ ਜਿਹਦੀ ਪ੍ਰੋਬੇਬਿਲਿਟੀ ਵਿਨਿੰਗ ਹੈਗੀ, ਕੋਈ ਵੀ ਹੋਵੇ, ABC ਕੋਈ ਇਕੱਠ ਵੀ ਬਣ ਸਕਦਾ, ਕੋਈ ਮਹਾਜ ਵੀ ਬਣ ਸਕਦਾ, ਉਸ ਪਾਸੇ ਨੂੰ ਜੇ ਚੱਲਦਾ ਪੂਲ ਹੋ ਜਾਂਦੇ ਆ ਸਾਰੇ ਡੈਸੈਂਟ ਜਿਹਨੂੰ ਕਹਿੰਦੇ ਆ, ਵਿਰੋਧਤਾਈ ਜਿਹੜੀ ਕਿਸਾਨਾਂ ਦਾ ਗੁੱਸਾ ਸਾਰੇ ਹੋਰ ਨੌਜਵਾਨਾਂ ਦਾ, ਮਜ਼ਦੂਰਾਂ ਦਾ, ਇੰਪਲਾਈਜ਼ ਦਾ, ਸਾਰਿਆਂ ਦਾ ਜੇ ਇਕੱਠਾ ਹੋ ਕੇ ਇੱਕ ਜਗ੍ਹਾ ਭੁਗਤ ਜਾਂਦਾ, ਔਖਾ ਕਾਫੀ ਹੋਊ। ਇੱਕ ਗੱਲ ਮੈਂ ਤੁਹਾਡੇ ਹੋਰ ਨੋਟ ਦੇ ਤੁਹਾਡੇ ਨੋਟਿਸ ਵਿੱਚ ਲਿਆਉਣਾ ਆ ਸੁਖਵਿੰਦਰ, ਜਦੋਂ ਜ਼ਿਆਦਾ ਤਾਨਾਸ਼ਾਹੀ ਕਿਸੇ ਵੀ ਪਾਰਟੀ 'ਚ ਹੋ ਜੇ, ਅੰਦਰੂਨੀ ਜਮਹੂਰੀਅਤ ਖਤਮ ਹੋ ਜੇ ਔਰ ਰਾਜ ਥੋੜ੍ਹਾ ਜਿਹਾ ਲੰਬਾ ਹੋ ਜੇ, ਹੁਣ 7-8 ਸਾਲ ਹੋ ਗਏ ਆ BJP ਨੂੰ ਵੀ, ਅਤੇ ਅੰਦਰੋਂ ਫੁਸਰ ਫੁਸਰ ਹੋਣ ਲੱਗਦੀ ਆ, ਯਾਰੇ ਜਿਹੜੇ 2-4 ਲੀਡਰ ਆ ਸਾਰੀ ਗੁੱਡੀ ਘੁੰਮਾਈ ਜਾਂਦੇ ਆ, ਸਾਰੇ ਦੇਸ਼ ਨੂੰ ਆਪਣੇ ਪਿੱਛੇ ਲਾਇਆ ਆ, ਅਸੀਂ ਕਿਹੜੇ, ਅਸੀਂ ਵੀ ਬਥੇਰੀਆਂ ਜੁੱਤੀਆਂ ਕਸਾਈਆਂ। ਉਹ ਗੜਕੜੀ ਰਾਜਨਾਥ ਸਿੰਘ ਜੀ ਗੱਲਾਂ ਚੱਲ ਰਹੀਆਂ ਸੀ ਅੱਜ ਕਿ ਕਈ ਜਗ੍ਹਾ 'ਤੇ ਅਸੀਂ ਸੁਣੀਆਂ ਕਿ ਯੂਪੀ ਦਾ ਰਾਜਨਾਥ ਸਿੰਘ ਆ ਅਤੇ ਉਹ ਵੀ ਚਾਹੁੰਦਾ ਕਿ ਮੈਂ ਵੀ ਤਾਂ ਕੋਈ ਘੱਟ ਕਿਸੇ ਨਾਲੋਂ ਰਾਜਪੂਤ ਹਾਂ, ਮੈਨੂੰ ਸਾਡਾ ਵੀ ਤਾਂ ਕੋਈ ਨਾ ਕੋਈ ਹਿੱਸਾ, ਸਾਡਾ ਹੱਕ ਇੱਥੇ ਰੱਖ। ਉਹ ਵੀ ਅੰਦਰੋਂ ਅੰਦਰੀ ਸਮਝਦੇ ਹੈਗੇ ਆ। ਜਦੋਂ ਇਹ ਗੱਲ ਆ ਤਾਂ ਇਹ ਵੀ ਹੋ ਸਕਦਾ ਕਿ ਇਕੱਲਾ ਵਿਰੋਧੀ ਪਾਰਟੀਆਂ ਹੀ ਨਹੀਂ, ਜਿਹੜੀ BJP ਦੇ ਅੰਦਰ ਵਿਰੋਧਤਾ, ਸਿਮਰਿੰਗ ਵਿਰੋਧਤਾ ਹੈਗੀ ਆ, ਉਹ ਵੀ ਯੋਗੀ ਦਾ ਇਹ ਖਾਟ ਖੜੀ ਕਰਨ ਦੇ ਵਿੱਚ ਵਿਰੋਧੀ ਪਾਰਟੀਆਂ ਨੂੰ ਸਹਾਈ ਹੋ ਸਕਦੀ ਆ, ਤਾਂ ਕਿ ਜੇ ਇੱਕ ਵਾਰੀ ਇਹ ਥੱਲੇ ਜਾਣ ਤੇ ਦੂਜੇ ਗੇੜ ਦੇ ਵਿੱਚ ਹੋ ਸਕਦਾ ਫਿਰ ਰਾਜਨਾਥ ਸਿੰਘ ਜਾਂ ਹੋਰ ਬੰਦੇ ਜਿਹੜੇ ਆ ਉਹਨਾਂ ਦਾ ਦਾ ਈਜ਼ੀਲੀ ਅੱਗੇ ਆਉਣ ਲਈ ਲੱਗ ਜਾਏ। ਹਾਂਜੀ ਸੁਖਵਿੰਦਰ, ਕੀ ਲੱਗਦਾ ਕਿ ਸਵਾਲ ਤਾਂ ਇੱਥੇ ਪੈਦਾ ਹੁੰਦੇ ਨੇ ਕਿ ਜਦੋਂ ਮੋਦੀ ਸਾਹਿਬ ਦੇ ਉੱਤਰਾਧਿਕਾਰੀ ਵਜੋਂ ਯੋਗੀ ਆਦਿੱਤਯ ਨਾਥ ਨੂੰ ਦੇਖਿਆ ਜਾਂਦਾ ਹੈ ਕਿ ਪਿੱਛੋਂ RSS ਇੰਨਾ ਸੌਖਾ ਉਹਨਾਂ ਨੂੰ ਪਾਸੇ ਹੋਣ ਦੇਵੇਗੀ ਯੋਗੀ ਆਦਿੱਤਯ ਨਾਥ ਨੂੰ ਯੂਪੀ ਦੇ ਮੁੱਖ ਮੰਤਰੀਸ਼ਿਪ ਤੋਂ, ਜਾਂ ਫਿਰ ਅਗਲੇ ਟਾਈਮ ਦੇ ਵਿੱਚ ਜਦੋਂ ਮੋਦੀ ਸਾਹਿਬ ਦਾ ਉੱਤਰਾਧਿਕਾਰੀ ਬਣਾਉਣ ਦੀਆਂ ਗੱਲਾਂ ਹੁੰਦੀਆਂ, ਕਿਉਂਕਿ ਚਿਹਰਾ ਉੱਥੇ ਵੀ ਲੈ ਕੇ ਜਾਣਾ ਜੇ ਗੱਲਾਂ ਅੰਦਰ ਦੀਆਂ ਨੇ ਤਾਂ? ਮੈਂ ਇੱਕ ਗੱਲ ਦੱਸ ਦਿੰਦਾ ਭਾਈ, ਹੋਵੇ ਜੋ ਮਰਜ਼ੀ, ਜੇ ਇਸ ਦੇਸ਼ ਦੇ ਵਿੱਚ ਥੋੜ੍ਹਾ ਜਿਹਾ ਠੰਡੇ ਸੁਭਾਅ ਦਾ ਰੈਸ਼ਨਲ ਮਾਇੰਡ ਜਿਹੜਾ ਹੈ ਨਾ, ਤਰਕ ਸੰਗਤ ਵਾਲਾ ਮਾਇੰਡ ਨਾ ਆਇਆ, ਸੈਕੂਲਰ ਮਾਇੰਡ ਜਾਣੀ ਇੰਜ ਕਹਿ ਲਓ ਨਾ ਆਇਆ, ਧਰਮ ਨਿਰਪੱਖ ਅਤੇ ਯੋਗੀ ਵਰਗੇ ਉਹੋ ਜਿਹੇ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸ ਹੈਗੇ ਪੁਰਾਣੇ, ਜੇ ਨਾ ਹੀ ਯੋਗੀ ਆ, ਕੰਮ ਤੇ ਯੋਗੀਆਂ ਵਾਲਾ ਨਹੀਂ ਆ ਕੋਈ, ਤੇ ਜੇ ਉਹ ਸਾਰੇ ਭਾਰੀ ਹੋ ਗਏ BJP ਦੀ ਰਾਜਨੀਤੀ ਵਿੱਚ, ਤਾਂ ਫਿਰ BJP ਦਾ ਇਹੋ ਜਿਹਾ ਭੱਠਾ ਬੈਠੂਗਾ ਇਸ ਦੇਸ਼ ਦੇ ਅੰਦਰ ਕਿ ਦੇਸ਼ ਇਕੱਠਾ ਨਹੀਂ ਰਹੂਗਾ, ਅੱਗ ਲੱਗੂਗੀ, ਧਰਮ ਦੇ ਨਾਂ ਦਾ ਬੋਲਬਾਲਾ ਹੋ ਜੂਗਾ, ਹਿੰਦੂ ਰਾਸ਼ਟਰ ਦਾ ਜਿਹਨੂੰ ਰਾਈਟ ਰਿਐਕਸ਼ਨ ਕਹਿੰਦੇ ਆ, ਜਿਹਨੂੰ ਸੱਜੀਆਂ ਸੱਜੇ ਪਾਸੇ ਨੂੰ ਜ਼ਿਆਦਾ ਪੋਲੀਟਿਕਸ ਚਲੇ ਜਾਊਗੀ ਸਾਡੀ, ਅਤੇ ਕੱਟੜਪੰਥੀਆਂ ਵੱਲ ਚਲੇ ਜਾਊਗੀ, ਜੈ ਸ਼੍ਰੀ ਰਾਮ ਦੇ ਹਰ ਜਗ੍ਹਾ ਨਾਅਰੇ ਲੱਗਣਗੇ,
ਭਾਰਤ ਮਾਤਾ ਦੀ ਜੈ ਦੇ ਉੱਚੇ ਉੱਚੇ ਜੈਕਾਰੇ ਲੱਗਣਗੇ ਤੇ ਇਹਦਾ ਮਤਲਬ ਇਹ ਆ ਕਿ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਨੂੰ ਤੇ ਡਰਾਇਆ ਹੀ ਜਾਊਗਾ। ਔਰਤਾਂ ਨੂੰ ਜਿਸ ਤਰ੍ਹਾਂ ਆਪਾਂ ਤਾਲਿਬਾਨਾਂ ਦੀ ਗੱਲ ਕਰਦੇ ਹਾਂ, ਸਾਡੇ ਦੇਸ਼ ਦੇ ਅੰਦਰ ਵੀ ਕੋਈ ਤਾਲਿਬਾਨ ਮਾਨਸਿਕਤਾ ਦੀ ਘਾਟ ਨਹੀਂ ਹੈ, ਬਹੁਤ ਹੈਗੀ ਹੈ। ਉਹ ਕਿਹੜੇ ਰੂਪ 'ਚ ਕਿਹੜੇ ਸਮੁਦਾਇ 'ਚ ਨਿਕਲ ਕੇ ਅੱਗੇ ਆ ਜਾਣੀ ਆ ਉਹ ਕਈਆਂ ਹਾਲਾਤਾਂ 'ਤੇ ਮੁਨਸਰ ਕਰਦਾ। ਇਸ ਲਈ ਭਾਵੇਂ ਉਹ ਕੋਈ ਵੀ ਫਿਰਕਾ ਹੋਵੇ, ਕੋਈ ਵੀ ਮਜ਼ਹਬ ਹੋਵੇ, ਕੋਈ ਨਾ ਕੋਈ ਸੈਕਸ਼ਨ ਦੇ ਵਿੱਚ ਤਾਲਿਬਾਨਿਕ ਜਿਹੜੀ ਮਾਨਸਿਕਤਾ ਉਹ ਹੈਗੀ ਹੈ। ਇਹ ਲੋਕ ਅੰਦਰ ਆਉਣਗੇ, ਇਹਨਾਂ ਦੀ ਵੀ ਉਸੇ ਕਿਸਮ ਦੀ ਟ੍ਰੇਨਿੰਗ ਹੈਗੀ ਹੈ, ਗਰੂਮਿੰਗ ਹੈਗੀ ਹੈ, ਇਹਨਾਂ ਦੀ ਸੋਚ ਉਸ ਪਾਸੇ ਨੂੰ ਹੈ, ਐਕਸਟ੍ਰੀਮ ਉੱਤੇ ਜਾਣਾ, ਮਾਰ ਦਿਓ ਕੁੱਟ ਦਿਓ, ਮਤਲਬ ਸੱਤਾ ਆਉਣੀ ਚਾਹੀਦੀ ਆ ਬੰਦੇ ਜਿਹੋ ਜਿਹੇ ਅੱਗੇ, ਜੋ ਦੇਸ਼ ਦਾ ਕੀ ਬਣਦਾ, ਲੋਕਾਂ ਦਾ ਕੀ ਬਣਦਾ, ਕੋਈ ਸਾਰੋਕਾਰ ਨਹੀਂ ਸਵਾਏ ਸੱਤਾ ਤੋਂ। ਜੇ ਇੰਝ ਸੱਤਾ ਦੀ ਭਗਤੀ ਕਰਦੇ ਰਹੇ, ਸੱਤਾ ਪਰਜੀਵੀ ਤੇ ਸੱਤਾ ਜੀਵੀ ਇਹ ਬਣੇ ਰਹੇ ਤੇ ਉਹਦੀ ਮਾਲਾ ਫੇਰ ਕੇ ਲੋਕਾਂ ਨੂੰ ਆਪਸ ਵਿੱਚ ਕਿਸੇ ਪੱਧਰ ਤੇ ਵੀ ਕਾਟੋ ਕਾਟੀ ਲੜਾਈ ਝਗੜੇ ਕਰਾ ਕੇ ਕਿਸੇ ਪਖੰਡ 'ਚ ਵੋਟਾਂ ਲੈਣ ਦੀ ਰਾਜਨੀਤੀ ਕਰਦੇ ਰਹੇ ਤਾਂ ਬਹੁਤ ਛੇਤੀ ਇਹ ਦੇਸ਼ ਇੱਕ ਵੱਡੇ ਸੰਕਟ 'ਚ ਚਲੇ ਜਾਊਗਾ। ਦੇਸ਼ ਦੇ ਵਿੱਚ ਖਾਨਾ ਜੰਗੀ ਲੱਗੂਗੀ, ਦੇਸ਼ ਇਕੱਠਾ ਨਹੀਂ ਰਹੂਗਾ। ਮੈਂ ਤੁਹਾਨੂੰ ਅੰਦਾਜ਼ੇ ਨਾਲ ਕਹਿ ਦਿੰਦਾ, ਨੌਰਥ ਈਸਟ ਇੱਕ ਪਾਸੇ ਜਾਊਗਾ, ਕੋ ਬੈਲਟ ਜਿਹੜੀ ਆ ਉਹ ਦੂਜੇ ਪਾਸੇ ਜਾਊਗੀ, ਜਿਹੜੇ ਆ ਬਾਰਡਰ ਸਟੇਟ ਆ ਇਹ ਤੀਜੇ ਪਾਸੇ ਜਾਣਗੇ, ਸਾਊਥ ਜਿਹੜਾ ਉਹ ਚੌਥੇ ਪਾਸੇ ਜਾਊਗਾ। ਇਸ ਲਈ ਇਹ ਬੰਦੇ ਸਮਝ ਲੈਣ ਕਿ ਐਡਾ ਵੱਡਾ ਵਿਲੱਖਣ ਅਤੇ ਡਾਈਵਰਸ ਕੰਟਰੀ ਦੇਸ਼ ਜਿਹੜਾ ਹੈਗਾ, ਜਿਹਦੇ ਵਿੱਚ ਅਲੱਗ ਅਲੱਗ ਵਿਚਾਰ, ਅਲੱਗ ਅਲੱਗ ਭਾਸ਼ਾਵਾਂ, ਅਲੱਗ ਅਲੱਗ ਸੱਭਿਆਚਾਰ, ਅਲੱਗ ਅਲੱਗ ਇਤਿਹਾਸ ਸਾਰਾ ਇੱਕ ਸਮੋਇਆ ਹੋਇਆ, ਜੇ ਉਸਨੂੰ ਇੱਕ ਰੱਸੇ ਨਾਲ ਬੰਨ੍ਹ ਕੇ ਇੱਕ ਜਗ੍ਹਾ ਤੋਂ ਬਟਨ ਦਬਾ ਕੇ ਇੱਕ 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 ਦਾ ਜ਼ਿਆਦਾ ਕਰਨਗੇ ਤਾਂ ਉਹਦਾ ਜਿਹੜਾ ਅੱਗਿਓਂ ਰਿਐਕਸ਼ਨ ਹੋਣਾ, ਲੋਕਾਂ ਵੱਲੋਂ ਜਿਹੜਾ ਉਹਦਾ ਵਿਰੋਧਤਾ ਅਤੇ ਗੁੱਸਾ ਅਤੇ ਰੋਸ਼ ਹੋਣਾ ਉਹਦੇ ਵਿਰੁੱਧ, ਇੱਕ ਇੱਕ ਦੇ ਵਿਰੁੱਧ, ਉਸਨੂੰ ਇਹ ਅੰਦਾਜ਼ਾ ਨਹੀਂ ਲਾ ਸਕਦੇ। ਇੱਕੋ ਵਾਰੀ ਉੱਠਿਆ ਅਤੇ ਹੁਣ ਇਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਜੇ ਇਹ ਸਾਰਾ ਸਾਰੇ ਦੇਸ਼ 'ਚ ਚੱਲ ਪਿਆ, ਪਹਿਲਾਂ ਹੀ ਤਾਂ ਤਿੰਨੇ ਕਾਨੂੰਨ ਜਿਹੜੇ ਆ ਸਟਾਲਿਨ ਨੇ, ਜਿਹੜੇ ਜੇ ਵੀ ਸਟਾਲਿਨ ਨਹੀਂ ਹੈ, ਜਿਹੜਾ ਇੱਥੇ ਦਾ ਸਟਾਲਿਨ ਹੈਗਾ, ਜੋਸਫ ਸਟਾਲਿਨ ਤੇ ਰਸ਼ੀਆ ਵਾਲੇ ਸੀਗੇ ਨਾ, ਜਿਹੜੇ ਇੱਥੇ ਵਾਲੇ ਚੀਫ ਮਿਨਿਸਟਰ ਆ ਤਾਮਿਲਨਾਡੂ ਵਾਲੇ, ਉਹਨਾਂ ਦੀ ਅਸੈਂਬਲੀ ਨੇ ਤਿੰਨੇ ਕਾਲੇ ਕਾਨੂੰਨਾਂ ਨੂੰ ਰਿਜੈਕਟ ਕਰਤਾ। ਠੀਕ ਹੈ, ਇਹਦਾ ਮਤਲਬ ਸਾਊਥ ਵਿੱਚ ਵੀ ਇਹਨਾਂ ਗੱਲਾਂ ਦੀ ਆਲਰੇਡੀ ਹਵਾ ਪਹੁੰਚ ਚੁੱਕੀ ਹੈ। ਹਾਂਜੀ ਮੁਜ਼ੱਫਰਨਗਰ ਦੀ ਰੈਲੀ ਜੋ ਹੋਣੀ ਹੈ, ਕਿਸ ਤਰ੍ਹਾਂ ਦਾ ਦੇਸ਼ ਦੀ ਸਿਆਸਤ ਤੇ ਕਿੱਦਾਂ ਦਾ ਪ੍ਰਭਾਵ ਪੈਣਾ, ਪ੍ਰੋਫੈਸਰ ਸਾਹਿਬ ਉੱਥੋਂ ਜਦੋਂ ਆਉਣਗੇ ਫਿਰ ਪੁੱਛਾਂਗੇ ਕਿ ਜ਼ਮੀਨੀ ਲੈਵਲ ਦੇ ਉੱਤੇ ਕੀ ਰਿਹਾ ਉੱਥੇ, ਅੱਗੇ ਜਦੋਂ ਯੂਪੀ ਦੀਆਂ ਚੋਣਾਂ ਦੇ ਨਤੀਜੇ ਆਉਣਗੇ ਤੇ ਉਹਦੇ ਉੱਤੇ ਕਿੰਨਾ ਕੁ ਅਸਰ ਜਿਹੜਾ ਅੰਦੋਲਨ ਦਾ ਪੈਣਾ, ਕਿੰਨਾ ਕੁ ਇਕੱਠ ਅੰਦੋਲਨ ਦੇ ਵਿੱਚ ਕੀ ਕੁੱਝ ਕਿਸਾਨਾਂ ਦੇ ਵੱਲੋਂ ਜਾਂ ਸਰਕਾਰ ਦੀ ਕੋਈ ਹਿਲਜੁਲ ਇਹਦੇ ਨਾਲ ਨਜ਼ਰ ਆਉਂਦੀ ਹੈ, ਕੇਂਦਰ ਸਰਕਾਰ ਕੀ ਅੱਗੇ ਗੱਲਬਾਤ ਦੇ ਲਈ ਤਿਆਰ ਹੁੰਦੀ ਹੈ ਜਾਂ ਨਹੀਂ ਹੁੰਦੀ, ਨਵਾਂ ਅਧਿਆਇ ਲਿਖਿਆ ਜਾਣਾ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਮੈਨੂੰ ਇਜਾਜ਼ਤ ਦਿਓ, ਧੰਨਵਾਦ।